ਨਾਭਾ ਦੇ ਪਿੰਡ ਰਾਮਗੜ੍ਹ ਵਿੱਚ ਆਂਗਨਵਾੜੀ ਸੈਂਟਰ ਚਲਾ ਰਹੀ ਆਗਿਆਪਾਲ ਕੌਰ ਨਾਮ ਦੀ ਆਂਗਨਵਾੜੀ ਵਰਕਰ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਆਵਾਜ਼ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਤੋਂ ਆਗਿਆਪਾਲ ਕੌਰ ਤੇ ਪੂਰਾ ਪਿੰਡ ਤੇ ਪੂਰਾ ਸਟਾਫ ਖੁਸ਼ ਦਿਖਾਈ ਦੇ ਰਿਹਾ ਹੈ। ਆਗਿਆਪਾਲ ਕੌਰ ਨੂੰ ਕੇਂਦਰੀ ਮਹਿਲਾ ਤੇ ਵਿਕਾਸ ਮੰਤਰੀ ਮੇਨਕਾ ਗਾਂਧੀ ਦੁਆਰਾ ਦਿੱਲੀ ਵਿੱਚ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉੱਥੇ ਹੀ 50,000 ਰੁਪਏ ਦਾ ਇਨਾਮ ਵੀ ਦਿੱਤਾ ਗਿਆ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਆਪਣੇ ਮਹਿਕਮੇ ਦਾ, ਜਿਨ੍ਹਾਂ ਨੇ ਸਾਡੀ ਇੱਕ ਆਂਗਨਵਾੜੀ ਵਰਕਰ ਆਗਿਆਪਾਲ ਕੌਰ ਨੂੰ, ਪਿੰਡ ਰਾਮਗੜ੍ਹ ਬੋੜਾ ਨੂੰ, ਸਾਡੀ ਆਂਗਨਵਾੜੀ ਵਰਕਰ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਬਹੁਤ ਅੱਛੀ ਮਿਹਨਤ ਕਰਕੇ ਉਹਨਾਂ ਨੇ ਦੇਖਿਆ ਕਿ ਇਹਦਾ ਬਹੁਤ ਅੱਛਾ ਕੰਮ ਹੈ, ਇਹਨੂੰ ਨੈਸ਼ਨਲ ਅਵਾਰਡ ਉਹਨਾਂ ਨੇ ਦੇ ਕੇ ਇਹਨੂੰ ਸਨਮਾਨ ਕੀਤਾ। ਸਾਡੇ ਸੈਂਟਰ ਗੌਰਮੈਂਟ ਦੇ ਮਿਨਿਸਟਰ ਨੇ ਇਹਨਾਂ ਨੂੰ 50,000 ਰੁਪਏ ਦਾ ਚੈੱਕ ਦੇ ਕੇ ਸਨਮਾਨ ਕੀਤਾ। ਮੈਂ ਬਹੁਤ ਹੀ ਧੰਨਵਾਦੀ ਹਾਂ ਸਾਡੇ ਇਹਦੇ ਨਾਲ ਜਦੋਂ ਜਿਹੜਾ ਮਿਲਿਆ ਹੈਗਾ ਸਨਮਾਨ, ਇਸ ਤੋਂ ਸਾਡੇ ਆਂਗਨਵਾੜੀ ਵਰਕਰ ਹੋਰਾਂ ਨੂੰ ਵੀ ਉਤਸ਼ਾਹਿਤ ਮਿਲੀ ਹੈਗੀ ਹੈ ਕਿ ਅਸੀਂ ਵੀ ਅੱਗੋਂ ਤੋਂ ਮਿਹਨਤ ਕਰਕੇ ਵੱਧ ਤੋਂ ਵੱਧ ਅਸੀਂ ਅੱਗੇ ਵੀ ਹਿੱਸਾ ਲੈ ਕੇ ਅਸੀਂ ਉਸ ਤੋਂ ਵੀ ਵੱਧ ਇੱਕ ਲੈ ਕੇ ਆਵਾਂਗੇ ਅਗਲੇ ਨੈਸ਼ਨਲ ਅਵਾਰਡ 'ਚ। ਹਾਂਜੀ ਸਰ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਪੰਜਾਬ 'ਚ ਮੈਨੂੰ ਨੈਸ਼ਨਲ ਅਵਾਰਡ ਇਕੱਲੀ ਕੁੜੀ ਨੂੰ ਮਿਲਿਆ ਜੀ। ਇਹਦਾ ਸਿਰਿਆ ਸਾਡੇ CDPO ਮੈਡਮ ਕਿਰਨ ਰਾਣੀ ਜੀ, ਸਾਡੇ ਸੁਪਰਵਾਈਜ਼ਰ ਮਨਿੰਦਰ ਕੌਰ ਜੀ ਨੂੰ ਜਾਂਦਾ, ਬਾਕੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਸਰਵਰਨ ਸਿੰਘ ਦੇ ਸਹਿਯੋਗ ਨਾਲ, ਕਿਉਂਕਿ ਇਹਨਾਂ ਨੇ ਮੈਨੂੰ ਹਰ ਇੱਕ ਪਲ 'ਤੇ ਸਹਿਯੋਗ ਦਿੱਤਾ। ਹੁਣ ਵੀ ਸਾਡੇ ਬਹੁਤ ਸਾਰੇ ਕੰਮ ਕਰਨ ਵਾਲੇ ਨੇ, ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਵੀ ਜਿਵੇਂ ਇੱਥੇ ਭੱਤ ਪਾਉਣਾ, ਪਾਰਕ ਲਵਾਉਣਾ, ਹੈ ਨਾ, ਵੀ ਜੋ ਵੀ ਹੈ ਇਹ ਸਾਡੀ ਪੂਰੀ ਹੈਲਪ ਕਰਨਗੇ। ਵੀ ਜਿਵੇਂ ਅਸੀਂ ਸਾਡੇ ਪਿੰਡ ਦੀਆਂ ਸੇਵਾਵਾਂ ਨੇ, ਆਂਗਨਵਾੜੀ ਸੈਂਟਰ ਦੀਆਂ ਸੇਵਾਵਾਂ ਨੇ, ਉਹ ਟਾਈਮ ਟੂ ਟਾਈਮ ਦਿੰਦੇ ਹਾਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ, ਹੁਣ ਪੰਜਾਬ ਸਰਕਾਰ ਨੇ ਸਕੂਲਾਂ 'ਚ ਦਿੱਤੀ ਆ, ਇਹਦੇ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਹੈ ਬੱਚਿਆਂ ਦੀ। ਅਦਰਵਾਈਜ਼ ਸਾਡਾ ਸੈਂਟਰ ਮਤਲਬ ਜਿਹੜੀਆਂ ਸਾਡੀਆਂ ਹੋਰ ਸੇਵਾਵਾਂ ਨੇ ਪੂਰੇ ਢੰਗ ਨਾਲ ਅਸੀਂ ਦੇ ਰਹੇ ਹਾਂ। ਕਿਸ ਤਰ੍ਹਾਂ ਦੀ ਮਿਹਨਤ ਕਰੀ ਜਿਹੜਾ ਤੁਹਾਨੂੰ ਅਵਾਰਡ ਮਿਲਿਆ? ਅਸੀਂ ਇਹ ਅਵਾਰਡ ਮਤਲਬ ਸਾਡੀ ਪੰਚਾਇਤ ਤੋਂ ਅਸੀਂ ਨੇ ਜ਼ਮੀਨ ਲਈ 700 ਗਜ਼ ਜ਼ਮੀਨ ਲਈ, ਉਹਨਾਂ ਤੋਂ ਬਾਅਦ ਸੈਂਟਰ ਸਰਕਾਰ ਨੇ ਮਤਲਬ ਮਤਾ ਪਾ ਕੀਤਾ, ਪੰਚਾਇਤ ਨੇ ਸੈਂਟਰ ਸਰਕਾਰ ਨੇ ਗ੍ਰਾਂਟ ਦਿੱਤੀ 4.5 ਲੱਖ ਦੀ, ਬਾਕੀ ਪਿੰਡ ਦੀ ਪੰਚਾਇਤ ਨੇ ਪੈਸੇ ਪਾਏ ਨੇ। ਉਹਦੇ ਨਾਲ ਇਹ ਸਾਡੀ ਸਾਰੀ ਬਿਲਡਿੰਗ ਬਣਾਈ ਹੈ, 1 ਲੱਖ ਰੁਪਇਆ DC ਸਾਹਿਬ ਨੇ ਦਿੱਤਾ, ਉਹਦੇ ਨਾਲ LED ਫਿਲਟਰ ਮਤਲਬ ਜੋ ਵੀ ਇੱਥੇ ਬੱਚਿਆਂ ਦੀਆਂ ਚੀਜ਼ਾਂ ਨੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਨੇ। ਕਿੰਨੇ ਬੱਚੇ ਆਉਂਦੇ ਨੇ ਸਾਡੇ ਇੱਥੇ? 12-13 ਬੱਚੇ ਸਾਡੇ ਲਈ ਆ ਰਹੇ ਨੇ ਜੀ, ਕਿਉਂਕਿ ਬੱਚੇ ਛੋਟੇ ਬੱਚੇ ਨੇ, ਕਈ ਵਾਰ ਮਤਲਬ ਵੀ ਕੋਈ ਨਾਨਕੇ ਦਾਦਕੇ ਆਇਆ ਹੁੰਦਾ, ਐਵੇਂ ਵੀ ਬੱਚੇ ਆਉਂਦੇ, ਵੱਧ ਘੱਟ ਰਹਿੰਦੇ ਨੇ। ਬੱਚੀ ਆਗਿਆਪਾਲ ਕੌਰ ਨੇ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਇੱਥੇ ਸਾਰੇ ਪਿੰਡ ਦੇ ਵਿੱਚ, ਮੈਂ ਹੁਣੇ ਗੁਰੂ ਘਰ ਹੋ ਕੇ ਆਇਆ, ਗੁਰਦੁਆਰਾ ਸਾਹਿਬ ਅੱਜ ਨਵੀਂ ਬਣੀ ਪੰਚਾਇਤ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਸੀ, ਉੱਥੇ ਸਾਰੇ ਪਿੰਡ ਨੇ ਇਹਨਾਂ ਦੀ ਜਿਹੜੀ ਸਲਾਘਾ ਕੀਤੀ ਹੈ। ਸਲਾਘਾ ਉਸ ਬੱਚੇ ਦੀ ਹੁੰਦੀ ਹੈ ਜਿਹੜਾ ਕੁਛ ਨਗਰ ਵਾਸਤੇ ਜਾਂ ਬੱਚਿਆਂ ਵਾਸਤੇ ਕਰਦਾ। ਮੈਂ ਵੀ ਨਿੱਜੀ ਤੌਰ 'ਤੇ ਸਤਿਕਾਰਯੋਗ ਸਾਹੂ ਸਿੰਘ ਧੰਸੋ, ਕੈਬਨ ਮੰਤਰੀ ਪੰਜਾਬ, ਉਹਨਾਂ ਵੱਲੋਂ ਸਾਥੀਆਂ ਸਮੇਤ ਹਾਜ਼ਰ ਹੁੰਦਾ ਹੋਇਆ ਇਸ ਪਿੰਡ ਦੇ ਸਰਪੰਚ ਸਾਹਿਬ ਅਤੇ ਇਸ ਬੱਚੀ ਨੂੰ ਮੈਡਮ CDPO ਅਤੇ ਉਹਨਾਂ ਦੇ ਪੂਰੇ ਸਟਾਫ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ। ਸਾਨੂੰ ਜੀ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਕਿ ਸਾਡੇ ਡੰਗਰ ਦੀ ਆਂਗਨਵਾੜੀ ਵਰਕਰ ਮੈਡਮ ਆਗਿਆਪਾਲ ਕੌਰ ਜੀ ਨੂੰ ਜਿਹੜਾ ਨੈਸ਼ਨਲ ਅਵਾਰਡ ਮਿਲਿਆ। ਇਹ ਜਿਹੜਾ ਨੈਸ਼ਨਲ ਅਵਾਰਡ ਹੈ ਉਹਦਾ ਇਹੀ ਕਾਰਨ ਹੈ ਕਿ ਬੱਚਿਆਂ ਨਾਲ ਇੱਥੇ ਬਹੁਤ ਹੀ ਪਰਿਵਾਰਕ ਤਰੀਕੇ ਨਾਲ ਵਿਚਰਦੇ ਨੇ ਔਰ ਜਿਹੜਾ ਸੈਂਟਰ ਹੈ ਵਧੀਆ ਢੰਗ ਨਾਲ ਚਲਾ ਰਹੇ ਨੇ। ਸਾਡਾ ਜਿਹੜਾ ਸੈਂਟਰ ਹੈ ਆਧੁਨਿਕ ਸਕੀਮਾਂ ਨਾਲ ਸਾਰਿਆਂ ਨਾਲ ਲੈਸ ਹੈ ਪੂਰਾ, ਠੀਕ ਹੈ, ਬਹੁਤ ਵਧੀਆ ਚੱਲ ਰਿਹਾ। ਸੋ ਮੈਂ ਸੈਂਟਰ ਗੌਰਮੈਂਟ ਨੂੰ ਔਰ ਸਾਡੇ ਕੈਬਨਿਟ ਮੰਤਰੀ ਪੰਜਾਬ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਨੂੰ, ਪੰਜਾਬ ਸਰਕਾਰ ਨੂੰ ਬਹੁਤ ਹੀ ਇਸ ਗੱਲੋਂ ਵਧਾਈ ਦਾ ਪਾਤਰ ਹਾਂ ਔਰ ਧੰਨਵਾਦ ਕਰਦਾ ਕਿ ਸਾਡੇ ਨਗਰ ਲਈ ਇਸ ਕੁੜੀ ਨੂੰ ਜਿਹੜਾ ਨੈਸ਼ਨਲ ਅਵਾਰਡ ਮਿਲਿਆ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਔਰ ਬਹੁਤ ਵਧਾਈਆਂ ਪੇਸ਼ ਕਰਦਾ।